ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਹੈਪੀ ਤੀਆਂ ਦਾ ਤਿਉਹਾਰ ਜਿਹੜਾ ਸਾਡੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਤੀਜੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਅੱਜ ਆਪਾਂ ਤੀਜਾ ਤਿਉਹਾਰ ਮਨਾ ਰਹੇ ਹਾਂ ਅਤੇ ਜੇ ਤੱਕ ਅਸੀਂ ਸਾਰੇ ਜਾਈਆਂ ਦਾ ਤਿਉਹਾਰ ਆ ਬੜੀ ਸਾਡੇ ਪੰਜਾਬ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਜੀ ਅਤੇ ਸਾਡੇ ਪਿੰਡ ਵੀ ਅੱਜ ਧੂਮਧਾਮ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਦੇਖ ਸਕਦੇ ਤੁਸੀਂ ਨਾਨਾ ਦੀ ਬਣਾਈਆਂ ਤੀਆਂ ਗੋਸ਼ਾਂ ਅਤੇ ਇਹ ਪਵਿੱਤਰ ਤਿਉਹਾਰ ਆ ਅਤੇ ਇਹਦੇ ਵਿੱਚ ਨਾਲ ਭਰਜਾਈ ਦੇ ਰਿਸ਼ਤੇ ਨੂੰ ਮਤਲਬ ਕਿ ਮਜ਼ਬੂਤ ਕਰਨ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਕੁਛ ਨਨਾਣ ਆਪਣੇ ਭਰਜਾਈ ਨੂੰ ਕੋਲ ਕਰਦੀ ਹੈ ਅਤੇ ਕੁਛ ਭਰਜਾਈਆਂ ਆਪਣੇ ਨਨਾਣ ਨੂੰ ਕੋਲ ਕਰਦੀਆਂ ਹੈ ਅਤੇ ਉਸ ਤੋਂ ਬਾਅਦ ਫਿਰ ਪਿੰਡ ਦੀ ਪੂਰੀ ਕੁੜੀ ਲੱਗਦੀ ਹੈ ਰੈਡੀ ਕੈਡੀ ਹੋ ਕੇ ਪੂਰਾ ਅੱਜ ਸਾਡਾ ਪੰਜਾਬੀ ਜੋ ਵੀ ਹੈਗਾ ਟਿੱਕਾ ਵਗੈਰਾ ਜੋ ਸਾਡੇ ਗਹਿਣੇ ਵਗੈਰਾ ਜੋ ਵੀ ਹੈ ਨਾ ਅਤੇ ਪੰਜਾਬ ਦੇ ਵਿੱਚ ਸਾਡੇ ਤੁਹਾਨੂੰ ਪਤਾ ਹੀ ਹੈ ਕਿ ਫੁਲਕਾਰੀਆਂ ਪੰਜਾਬੀ ਸੂਟ ਪੰਜਾਬੀ ਵਿਰਸਾ ਅਤੇ ਇਹਨੂੰ ਅਸੀਂ ਸੰਭਾਲ ਕੇ ਰੱਖਿਆ ਹੈ ਅਤੇ ਜਿੱਥੇ ਤੱਕ ਹੋ ਸਕੇ ਤਾਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਤੁਸੀਂ ਦੇਖ ਸਕਦੇ ਇੱਕ ਲੇਡੀਜ਼ ਪਰਾਤ ਦੇ ਨਾਲ ਬੋਲੀਆਂ ਪਾ ਰਹੀਆਂ ਹੈ ਅਤੇ ਸੁਣੋ ਬੋਲੀਆਂ ਹਾਸਾ ਵੀ ਹੁੰਦਾ ਹੈ ਕਿ ਕਿੱਦਾਂ ਦਾ ਮਜ਼ਾਕ ਕਰਦੀਆਂ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਲੇਡੀਜ਼ ਸ਼ੋਅ ਰੋਕਿਆ ਹੁੰਦਾ ਸਾਰੇ ਪਿੰਡ ਦੀ ਪਿੰਡ ਵਿੱਚ ਜਿਹੜੀ ਬੋਲੀ ਸੁਣਦੀ ਸੀ ਇੱਥੇ ਸਾਰੇ ਜਣੇ ਨੇ ਮਹਿੰਦੀ ਲਗਾਈ ਹੈ ਅਤੇ ਚੂੜੀਆਂ ਪਾਈਆਂ ਹਰੀਆਂ ਅਤੇ ਲਾਲ ਹਰਾ ਚੂੜੀਆਂ ਹੈ ਅਤੇ ਉਹ ਹਰਿਆਲੀ ਦਾ ਪ੍ਰਤੀਕ ਕਰਦੀਆਂ ਜਿਹੜਾ ਹੈਗਾ ਜੀ ਰਹਿੰਦੇ ਲਾਲ ਚੂੜੀਆਂ ਬਹੁਤ ਸੁਆਦ ਹੁੰਦਾ ਪ੍ਰਤੀਕ ਕਰਦੀਆਂ ਅਤੇ ਇੱਥੇ ਹਰੀਆਂ ਅਤੇ ਲਾਲ ਚੂੜੀਆਂ ਅਤੇ ਮਹਿੰਦੀ ਇੱਥੇ ਸ਼ਗਨ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਘਰ ਵਿੱਚ ਆ ਕੇ ਮਾਲ ਪੂਰੇ ਜਿਹੜੇ ਹੁੰਦੇ ਆ ਪੂਰੇ ਬਣਾਉਂਦੇ ਦੇਸੀ ਘੀ ਦੇ ਅਤੇ ਨਾਲ ਖੀਰ ਬਣਾਉਂਦੇ ਹਾਂ ਖੀਰ ਬਣਾਉਣ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ
ਖਾਸ ਪਕੌੜੇ ਅਤੇ ਸਮੋਸੇ ਦਾ ਪ੍ਰੋਗਰਾਮ ਵੀ ਰੱਖਿਆ ਸੀਗਾ ਕਿ ਮੈਂ ਉਹਨਾਂ ਕੋਲ ਸ਼ੂਟ ਨਹੀਂ ਕਰ ਸਕੀ ਕਿਉਂਕਿ ਕਾਫੀ ਜ਼ਿਆਦਾ ਕੰਮ ਸਾਂਭਣਾ ਵੀ ਔਖਾ ਸੀਗਾ ਹੈ ਨਾ, ਅਤੇ ਫਿਰ ਬਾਅਦ ਉਸ ਤੋਂ ਬਾਅਦ ਫਿਰ ਅਸੀਂ ਪੀਂਘ ਸੀਗੀ, ਪੀਂਘ ਦੇ ਉੱਤੇ ਝੂਟੇ ਲਏ ਕਿਉਂਕਿ ਵਲੌਗ ਜਿਹੜਾ ਮੈਂ ਬਣਾ ਰਹੀ ਹਾਂ ਵਲੌਗ ਜਿਹੜਾ ਲੰਬਾ ਹੋਇਆ ਨਾ, ਅਤੇ ਇਸ ਕਰਕੇ ਮੈਂ ਛੋਟੇ ਬਣਾਇਆ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਹੜਾ ਵਲੌਗ ਵੀ ਬਣਾਵਾਂ ਕਿ ਪੀਂਘ ਦੇ ਉੱਤੇ ਕਿੱਦਾਂ ਝੂਟੇ ਲਏ ਆ, ਅਤੇ ਜਿਹੜੀਆਂ ਹੈਗੀਆਂ ਮਧਾਣੀ ਦੇ ਵਿੱਚ ਲੱਸੀ ਕਿੱਦਾਂ ਕਰਦੇ ਹੈ ਨਾ, ਸਾਰਾ ਮਧਾਣੀ ਲੱਸੀ ਮੱਖਣ ਕੱਢਦੇ ਸਾਰਾ ਕੁਛ ਸੀਗਾ ਵੀਡੀਓ ਦੇ ਵਿੱਚ, ਬਟ ਮੈਂ ਸ਼ੋਰਟ ਵੀ ਬਣਾਈ ਵੀਡੀਓ, ਅਤੇ ਦੇਖੋ ਤੁਸੀਂ ਕਿੱਦਾਂ ਵੀਡਾ ਦਿੰਦੀ ਆ ਹੈ ਨਾ। ਅਤੇ ਅੱਜ ਕੱਲ੍ਹ ਇਹ ਸਾਰਾ ਰਿਵਾਜ਼ ਥੋੜ੍ਹਾ ਥੋੜ੍ਹਾ ਕਾਫੀ ਲੇਡੀ ਸੀਗੀ, 100 ਤੋਂ ਜ਼ਿਆਦਾ ਲੇਡੀ ਸੀਗੀਆਂ। ਸਾਰੇ ਜਿਹੜੇ ਖਾਧੇ, ਫਿਰ ਅਸੀਂ ਪੀਂਘ ਝੂਟੀ, ਪੀਂਘ ਝੂਟਣ ਤੋਂ ਬਾਅਦ ਸਭ ਨੇ ਡੀ ਜੇ 'ਤੇ ਇੰਜੋਏ ਕੀਤਾ।